ਬਾਰੇ ਇਹ ਜਿਹੜੀ ਕਿਚਨ ਦਾ ਏਰੀਆ ਸੀਗਾ ਜਿਹੜਾ 12x22 ਨੇ ਇਸ ਕਿਚਨ ਦੇ ਵਿੱਚ ਮਟੀਰੀਅਲ ਕਿਸ ਤਰ੍ਹਾਂ ਦਾ ਯੂਜ਼ ਕੀਤਾ ਗਿਆ ਵਾ ਜਿਹੜਾ ਇਹ ਮਟੀਰੀਅਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਜੋਲ ਕਿਚਨ ਦੇ ਉੱਪਰ ਤੁਹਾਨੂੰ ਪਤਾ ਇਸ ਚੈਨਲ ਦੇ ਉੱਤੇ ਤੁਹਾਨੂੰ ਆਲਰੇਡੀ ਕਾਫੀ ਵੀਡੀਓ ਜਿਹੜੀਆਂ ਕਿਚਨ ਨਾਲ ਰਿਲੇਟਡ ਮਿਲਦੀਆਂ ਰਹਿੰਦੀਆਂ ਨਾ ਤੇ ਆਪਾਂ ਤੁਹਾਡੇ ਲਈ ਕਿਚਨ ਦੀ ਵੀਡੀਓ ਕਾਫੀ ਲੈ ਕੇ ਆਉਂਦੇ ਰਹਿੰਦੇ ਹਾਂ ਨਾ ਤੇ ਅੱਜ ਵੀ ਤੁਹਾਡੇ ਲਈ ਇੱਕ ਆਪਾਂ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਵਧੀਆ ਕਿਚਨ ਜਿਹੜੀ ਆਪਾਂ ਰੈਡੀ ਕੀਤੀ ਆ ਇਹ ਕਿਚਨ ਜਿਹੜੀ ਆਪਾਂ ਰੈਡੀ ਕੀਤੀ ਹੈ ਕੀਤੀ ਹੈ ਜੀ ਪਿੰਡ ਕੋਕਾ ਜਿਹਨੇ ਯਾਰ ਤੁਸੀਂ ਬਿਗਵਾਲ ਨਡਾਲਾ ਕਹਿ ਸਕਦੇ ਆ ਕਪੂਰਥਲਾ ਏਰੀਆ ਦੇ ਵਿੱਚ ਜਿਹੜੀ ਆਪਾਂ ਕਿਚਨ ਬਣਾਈ ਹੈ ਇਹ ਕਿਚਨ ਦਾ ਕਲਰ ਗ੍ਰੇ ਐਂਡ ਵੁੱਡਨ ਦੋਨੋਂ ਦਾ ਕੰਬੀਨੇਸ਼ਨ ਆਪਾਂ ਰੈਡੀ ਕੀਤਾ ਵਾ ਕਾਫੀ ਵਧੀਆ ਬਣਿਆ ਵਾ ਕਾਫੀ ਵਧੀਆ ਕੰਟਰਾਸਟ ਸੀ ਔਰ ਸੈਂਟਰ ਕਾਉਂਟਰ ਇਹਨਾਂ ਦੇ ਨਾਲ ਸਟਾਰਟਿੰਗ ਦੇ ਉੱਤੇ ਗੇਟ ਵੁੱਡਨ ਦਾ ਗੇਟ ਔਰ ਨਾਲ ब्रेकफास्ट काउंटर ਵੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹਦੀ ਸਟਾਰਟਿੰਗ ਦੇ ਵਿੱਚ ਆਪਾਂ ਜਿਹੜੀ ਫਰਿੱਜ ਦੇ ਨਾਲ ਲਾਈ ਆ ਪੈਂਟਰੀ ਇਹ ਪੈਂਟਰੀ ਦਾ ਸਾਈਜ਼ ਹੈਗਾ ਜੀ ਪੂਰਾ 18 ਇੰਚ ਦੀ ਹੈ ਜੀ ਚੌੜਾਈ ਦੇ ਵਿੱਚ ਤੇ 12 ਬਾਸਕਟ ਹੁੰਦੀ ਹੈ ਜਿਨ੍ਹਾਂ ਦੇ ਸਪੇਸ ਘੱਟ ਉਹਨਾਂ ਲਈ ਤਾਂ ਬਹੁਤ ਵਧੀਆ ਵਸਤੂਸੀਂ ਲਗਵਾ ਸਕਦੇ ਹਾਂ ਪੈਂਟਰੀ ਤੇ ਨਾਲ ਆਪਾਂ ਓਵਨ ਮਾਈਕ੍ਰੋਵੇਵ ਦੀ ਫਿਟਿੰਗ ਕੀਤੀ ਹੈ ਇਹਦੇ ਬਿਲਕੁਲ ਜਿਹੜਾ ਇਹ ਓਵਨ ਮਾਈਕ੍ਰੋਵੇਵ ਤੁਹਾਡੇ ਪੈਂਟਰੀ ਦੇ ਬਿਲਕੁਲ ਨਾਲ ਆ ਤੇ ਇਹਦੇ ਉਪਰ ਥਰਡੇ ਬੰਨੇ ਜਿਹੜਾ ਹੁੰਦਾ ਵਾ ਗਲੈਨ ਕੰਪਨੀ ਦਾ ਓਵਨ ਮਾਈਕ੍ਰੋਵੇਵ ਥੱਲੇ ਓਵਨ ਹੁੰਦਾ ਵਾ ਤੇ ਉੱਪਰ ਮਾਈਕ੍ਰੋਵੇਵ ਹੁੰਦਾ ਤੇ ਸੈਂਟਰ ਦੇ ਵਿੱਚ ਆਪਾਂ ਜੀਆਂ ਹੋਬ ਲਾਈ ਤੇ ਹੋਬ ਦੇ ਥੱਲੇ ਕਟਲਰੀ ਬਾਕਸ ਪਾਇਆ ਤੇ ਡਰਾਅਰ ਜਿਹੜੀ ਹੋਬ ਵੀ ਆਪਾਂ ਇਹ ਜਿਹੜੀ ਹੋਬ ਹੈ ਵੀ ਇੱਕ ਗਲੈਨ ਕੰਪਨੀ ਦੀ ਚਿਮਨੀ ਵੀ ਗਲੈਨ ਕੰਪਨੀ ਦੀ ਮਤਲਬ ਸਾਰਾ ਇਹ ਚ 4 ਪ੍ਰੋਡਕਟ ਜਿਹੜੇ ਲੱਗੇ ਗਲੈਨ ਦੇ ਲੱਗੇ ਕਸਟਮਰ ਨੇ ਆਪ ਬਾਇ ਕੀਤੇ ਮੋਸਟਲੀ ਆਪਾਂ ਵੀ ਦਿੰਨੇ ਆ ਤੇ ਬੜੇ ਕਸਟਮਰ ਨੇ ਆਪ ਬਾਇ ਕੀਤੇ ਇਹ ਆ ਜੀ ਕੋਰਨਰ ਕੋਰਨਰ ਦੇ ਵਿੱਚ ਆਪਾਂ ਤੁਹਾਨੂੰ ਚਾਰ ਬਾਸਕਟ ਦਿੰਨੇ ਆ ਤਾ ਜੋ ਤੁਹਾਡੀ ਜਿਹੜੀ ਕਾਰਨਰ ਦੀ ਜਿਹੜੀ ਸਪੇਸ ਆ ਚੰਗੀ ਤਰ੍ਹਾਂ ਯੂਜ਼ ਹੋ ਸਕੇ ਨਾ ਕਾਫੀ ਵਧੀਆ ਕਾਰਨਰ ਹੈ ਤੁਸੀਂ ਜਿਹੜਾ ਕਾਰਨਰ ਪੂਰੀਆਂ ਪਾਰ 4 ਦੀਆਂ 4 ਬਾਸਕਟੇ ਦੀਆਂ ਬਾਹਰ ਨਿਕਲ ਆਉਂਦੀਆਂ ਤੇ ਤੁਸੀਂ ਚੰਗੇ ਤਰੀਕੇ ਨਾਲ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹਾਂ ਤੇ ਇਹ ਆ ਜੀ ਇੱਕ ਓਪਨ ਬਾਕਸ ਉਹਦੇ ਉੱਪਰ ਓਪਨ ਬਾਕਸ ਤੇ ਥੱਲੇ ਸਟੋਰੇਜ ਵਾਸਤੇ ਇੱਕ ਪਰਲਾ ਦਿੱਤਾ ਵਾ ਜਿਹੜਾ ਚਿਮਨੀ ਦੇ ਬਿਲਕੁਲ ਆ ਰਾਈਟ ਸਾਈਡ ਤੇ ਇਹ ਆ ਜੀ ਡਿਸ਼ ਰੈਕ ਜਿਹੜਾ ਆਪਾਂ ਸ਼ੈਂਕ ਦੇ ਉੱਪਰ ਹੈ ਜਿਹਦੇ ਚ ਆਪਨੇ ਬਰਤਨ ਹੁੰਦੇ ਜਿਹੜੇ ਪਾਂਡੇ ਧੋ ਕੇ ਆਪਾਂ ਰੱਖ ਸਕਦੇ ਤੇ ਤੇ ਇਹ ਆਪਾਂ ਇੱਕ ਬ੍ਰੇਕਫਾਸਟ ਕਾਊਂਟਰ ਬਣਾਇਆ ਵਾ ਨਾ ਜਿਹੜਾ ਆਪਾਂ ਵੁੱਡਨ ਕਲਰ ਦੇ ਵੁੱਡਨ ਰੈਚ ਦੇ ਵਿੱਚ ਬਣਾਇਆ ਕਲਰ ਕੰਬੀਨੇਸ਼ਨ ਤੁਹਾਨੂੰ ਦੱਸਦਾ ਗ੍ਰੇ ਐਂਡ ਵਾਈਟ ਦਾ ਹੈਗਾ ਹੈਗਾ ਇਹਦਾ ਤੇ ਇਹ ਆ ਜੀ ਕਾਊਂਟਰ ਦੀ ਬਾਹਰੋਂ ਦਿਖ ਜਿਹੀ ਲੱਗ ਦੇਖਣ ਨੂੰ ਤੁਸੀਂ ਦੇਖ ਸਕਦੇ ਵੀ ਕਾਊਂਟਰ ਦੀ ਬਾਹਰੋਂ ਲੁੱਕ ਕਿੱਦਾਂ ਦੀ ਆ ਤੇ ਪੂਰਾ ਪ੍ਰੋਪਰ ਗੇਟ ਕਵਰ ਕੀਤਾ ਹੋਇਆ ਵਾ ਤੇ ਕਿਚਨ ਕਾਫੀ ਵਧੀਆ ਬਣੀ ਆ ਹੁਣ ਆਪਾਂ ਗੱਲ ਕਰਦੇ ਆ ਇਸ ਕਿਚਨ ਦੇ ਵਿੱਚ ਮਟੀਰੀਅਲ ਕਿਸ ਤਰ੍ਹਾਂ ਦਾ ਯੂਜ਼ ਕੀਤਾ ਗਿਆ ਵਾ ਜਿਹੜਾ ਇਹ ਮਟੀਰੀਅਲ ਆ ਇਹਦੇ ਵਿੱਚ ਟੋਟਲ ਆਪਾਂ ਕਿਚਨ ਐਚ ਡੀ ਐਚ ਐਮ ਆਰ ਚ ਬਣਾਈ ਆ ਤੇ ਜਿਹੜੀ ਉੱਪਰ ਫਿ ਆਪਾਂ ਮੋਸਟਲੀ ਤੁਹਾਨੂੰ ਪਤਾ ਜ਼ਿਆਦਾਤਰ ਅਕ੍ਰੈਲਿਕ ਫਿਨਿਸ਼ ਹੀ ਚੱਲਦੇ ਤੇ ਅੱਜਕੱਲ੍ਹ ਟ੍ਰੈਂਡ ਵੀ ਅਕ੍ਰੈਲਿਕ ਦਾ ਹੀ ਹੈ ਉਹਦੇ ਚ 1mm, 2mm, 2mm ਔਰ 4mm ਕਾਫੀ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਜਿਹੜੀ ਮੋਸਟਲੀ ਆਪਣੇ ਕੋਲ ਸਾਰੀਆਂ ਅਵੇਲੇਬਲ ਰਹਿੰਦੀਆਂ ਵਾ ਤੇ ਜੇ ਤੁਸੀਂ ਵੀ ਕਿਚਨ ਦਾ ਆਰਡਰ ਕਰਨਾ ਚਾਹੋ ਨੇ ਤੁਹਾਨੂੰ ਆਲਰੇਡੀ ਪਤਾ ਹੀ ਹੈ ਕਿ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਵਾ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣੇ ਕਿਚਨ ਦੀ ਇੱਕ ਵੀਡੀਓ ਤੇ ਸੈਜ ਵਟਸਐਪ ਕਰਵਾਓ ਫਿਰ ਤੁਹਾਨੂੰ ਰੇਟ ਵਗੈਰਾ ਦਿੱਤੇ ਜਾਣਗੇ ਹੁਣ ਗੱਲ ਕਰਦੇ ਆਪਾਂ ਇਸ ਕਿਚਨ ਬਾਰੇ ਜਿਹੜੀ ਕਿਚਨ ਦਾ ਏ ਕਿਚਨ ਠੀਕ ਸੀ ਬਾਲੀ ਨਾਲ ਤਾਂ ਵੱਡੀ ਸੀ ਨਾ ਛੋਟੀ ਸੀ ਠੀਕ ਸੀ ਤੇ ਉਹਦਾ ਏਰੀਆ ਦੇ ਅਕੋਰਡਿੰਗ ਆਪਾਂ ਇਹਨੂੰ ਦੇਖਿਆ ਤੁਸੀਂ ਉਹਦੀ ਲੈਫਟ ਸਾਈਡ ਤੇ ਜਿਹੜਾ ਆਪਾਂ ਸ਼ੈਂਕ ਵਾਲਾ ਏਰੀਆ ਵਾ ਔਰ ਰਾਈਟ ਸਾਈਡ ਦੇ ਉੱਪਰ ਇਹਦਾ ਜਿਹੜੇ ਫ੍ਰਿਜ ਵਗਾ ਵਾਲਾ ਏਰੀਆ ਹੈਗਾ ਵਾ ਤੇ ਤੁਸੀਂ ਦੇਖੋ ਕਿ ਕਿਚਨ ਕਾਫੀ ਵਧੀਆ ਬਣੀ ਆ ਔਰ ਇੱਕ ਕਿਚਨ ਦੇ ਇਹਦੇ ਚ ਓਪਨ ਬਾਕਸ ਕਾਫੀ ਦਿੱਤੇ ਗਏ ਆ ਉਹਨਾਂ ਦੀ ਘਰ ਵਾਲਿਆਂ ਦੀ ਸਪੈਸ਼ਲ ਰਿਕੁਆਇਰਮੈਂਟ ਸੀ ਕਿ ਓਪਨ ਬਾਕਸ ਦਿੱਤੇ ਜਾਣ ਕਿਉਂਕਿ ਉਹਦੇ ਵਿੱਚ ਜਿਹੜੇ ਤੁਹਾਡੇ ਪਾਉਟ ਵਗੈਰਾ ਜਾਂ ਤੁਸੀਂ ਕੋਈ ਸਜਾਵਟ ਲਈ ਜਾਂ ਚੰਗੀ ਕਰੋਕਰੀ ਜੇ ਇਦਾਂ ਦੀ ਚੀਜ਼ ਸਜਾਵਟ ਲਈ ਆਪਾਂ ਉੱਥੇ ਰੱਖ ਸਕਦੇ ਹਾਂ ਤੇ ਬਾਕੀ ਤੁਸੀਂ ਕਿਚਨ ਦੀ ਸਾਰੀ ਵੀਡੀਓ ਦੇਖੀ ਜੇ ਤੁਹਾਨੂੰ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ